লাদানো নেকুলা দতা দে তো নেকুলা দতা দে তো করকে আপনিয়া রহমতা বুটা করম দালা দে তো নেকুলা দতা দে তো আমিন ফির কে দেও আমিন ঘর তেরে বিচ ছোড়না খালি তার তু মোড়না ঘর তেরে বিচ ছোড়না খালি তার তু মোড়না তরতে আয়ে সবালিয়ানো খালি না পরতা দে তো রব্বা বে উলাতানো নেকুলা দতা দে তো নেকুলা দতা দে তো জিন্না দে নবাল নে পামে মালো মাল নে জিন্না দে নবাল নে পামে মালো মাল নে উলাদ বিনা বরবাদ নে খের ঝোলি বেচ পা দে তো রব্বা বে উলাতানো নেকুলা দতা দে তো নেকুলা দতা দে তো আমিন میرے مابو پیغمبر علیہ الصلوۃ والسلام نے پیار کرنے والے آ امام کائنات نے فرمایا بے بون بے نماز بندہ اللہ تعالی اے دی اولاد نو فرمان بنا دیندے نے آ ویکھیا جے کدی نمازی نے جڑے نمازی لوگ نے بہت کم ہوئے گا انہاں دے پتر جناب نال والدین دے نال فرمان ہون گے اکثر فرما بردار تے تابے دار ہون گے پتر تے پتر رہ گئے جڑا بندہ نمازی ہے لوکاں دے پتر وی اودے تابے دار ہوندے نے لوکاں دے پتر وی اودے فرما بردار ہوندے نے اے ساڈے محلے دا جی صاحب اے ਸਾਡੇ ਮਹੱਲੇ ਦਾ ਨਮਾਜ਼ੀ ਏ ਬੜਾ ਨੇਕ ਬੰਦਾ ਏ ਬੜਾ ਚੰਗਾ ਬੰਦਾ ਵੇ ਤੇ ਜਿਹੜਾ ਬੰਦਾ ਬੇਨਮਾਜ਼ ਏ ਅੱਲਾਹ ਤਾਲਾ ਇਹਦੀ ਔਲਾਦ ਨੂੰ ਨਾ ਫਰਮਾਨ ਬਣਾ ਦਿੰਦਾ ਵੇ ਕਿਤੇ ਔਲਾਦ ਦੇ ਦੁੱਖਾਂ ਦੀ ਵਜ੍ਹਾ ਤੋਂ ਪਾਣੀ ਅੰਦਰ ਜਾਣਾ ਪਿਆ ਕਿਤੇ ਔਲਾਦ ਦੀ ਦੁੱਖਾਂ ਦੀ ਵਜ੍ਹਾ ਤੋਂ ਕਸਮਾਂ ਪਾਣੀਆਂ ਪਈਆਂ ਕਿਤੇ ਔਲਾਦ ਦੇ ਦੁੱਖਾਂ ਦੀ ਵਜ੍ਹਾ ਤੋਂ ਲੋਕਾਂ ਦੇ ਸਾਹਮਣੇ ਸੱਚ ਛੁਪਾਉਣਾ ਪੈ ਗਿਆ ਸਾਰੀ ਜ਼ਿੰਦਗੀ ਹਯਾ ਦੀ ਜ਼ਿੰਦਗੀ ਗੁਜ਼ਾਰਨ ਵਾਲਾ ਜਦੋਂ ਨਮਾਜ਼ ਨਹੀਂ ਪੜ੍ਹਦਾ ਤੇ ਅੱਲਾਹ ਔਲਾਦ ਨੂੰ ਨਾ ਫਰਮਾਨ ਬਣਾ ਦਿੰਦੇ ਨੇ ਫਿਰ ਰੋ ਕੇ ਆਖਦੇ ਕਿ ਨਾ ਤੇ ਰੱਬਾ ਇਹਦੇ ਨਾਲ ਔਲਾਦ ਨਾ ਹੁੰਦੀ ਤੇ ਬਿਹਤਰ ਸੀ ਅੱਲਾ ਸੋਹਣਿਆ ਮੈਂ ਸੁਲਾਦ ਨੂੰ ਕੀ ਕਰਨਾ ਵੇ ਜਿਹੜੀ ਔਲਾਦ ਮੇਰੇ ਵਾਸਤੇ ਬੇਇੱਜ਼ਤੀ ਦਾ ਸਬਬ ਬਣ ਗਈ ਏ ਜਿਹੜੀ ਔਲਾਦ ਮੇਰੇ ਵਾਸਤੇ ਪਰੇਸ਼ਾਨੀ ਦਾ ਸਬਬ ਬਣ ਗਈ ਏ ਤੀਸਰੀ ਬਦਬਖਤੀ ਬੇ ਨਮਾਜ਼ ਬੰਦੇ ਦੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਲੋਕਾਂ ਦੇ ਦਿਲਾਂ ਦੇ ਅੰਦਰੋਂ ਅੱਲਾ ਤਾਲਾ ਬੇ ਨਮਾਜ਼ ਬੰਦੇ ਦੀ ਇੱਜ਼ਤ ਨੂੰ ਨਿਕਾਲ ਦਿੰਦੇ ਨੇ ਬੇ ਨਮਾਜ਼ ਬੰਦੇ ਦੀ ਲੋਕ ਉਤਨੀ ਕਦਰ ਨਹੀਂ ਕਰਦੇ ਬੇ ਨਮਾਜ਼ ਬੰਦੇ ਦੀ ਲੋਕ ਉਤਨੀ ਹਯਾ ਨਹੀਂ ਕਰਦੇ ਬੇ ਨਮਾਜ਼ ਬੰਦੇ ਦਾ ਲੋਕ ਉਤਨਾ ਮਕਾਮ ਨਹੀਂ ਸਮਝਦੇ ਹੁਣ ਮੁਰੀਦ ਕੇ ਦੇ ਨੌਜਵਾਨ ਆਖਣ ਕੇ ਮੌਲਾਨਾ ਬੜੇ ਬੜੇ ਲੋਕ ਆਉਂਦੇ ਨੇ ਬੜੇ ਚੌਧਰੀ ਸਾਹਿਬ ਬੜੇ ਰਾਣਾ ਸਾਹਿਬ ਬੜੇ ਅਮੀਰ ਲੋਕ ਆਉਂਦੇ ਨੇ ਉਹਨਾਂ ਦੀ ਬੜੀ ਇੱਜ਼ਤ ਹੋਇਆ ਕਰਦੀ ਏ ਤੁਸੀਂ ਕਿਵੇਂ ਆਉਂਦੇ ਹੋ ਅੱਲਾਹ ਤਾਲਾ ਦਿਲਾਂ ਦੇ ਅੰਦਰੋਂ ਉਹਨਾਂ ਵਾਸਤੇ ਅੱਲਾਹ ਇੱਜ਼ਤ ਨੂੰ ਨਿਕਾਲ ਦਿੰਦਾ ਵੇ ਅੱਲਾਹ ਤਾਲਾ ਉਹਨਾਂ ਦੀ ਕਦਰ ਨੂੰ ਨਿਕਾਲ ਦਿੰਦਾ ਉਹਨਾਂ ਲੋਕਾਂ ਦੀ ਕਦਰ ਦੇ ਕੇ ਆਖੇ ਨੇ ਜਿਨ੍ਹਾਂ ਦੇ ਮੂੰਹ ਤੇ ਵੀ ਲੋਕ ਆਖਣ ਬੜਾ ਚੰਗਾ ਬੰਦਾ ਹੈ ਜਿਨ੍ਹਾਂ ਦੇ ਜਾਨ ਦੇ ਬਾਅਦ ਵੀ ਲੋਕ ਆਖਣ ਬੜਾ ਚੰਗਾ ਬੰਦਾ ਵੇ ਜਿਹੜਾ ਬੇਨਮਾਜ਼ ਬੰਦਾ ਜਦੋਂ ਵੀ ਆਏਗਾ ਮੂੰਹ ਤੇ ਲੋਕ ਖੁਸ਼ਾਮਦ ਕਰਨਗੇ ਬੜਾ ਚੰਗਾ ਬੰਦਾ ਹੈ ਜਦੋਂ ਚਲਾ ਜਾਏਗਾ ਲੋਕ ਆਖਣਗੇ ਸ਼ੁਕਰ ਹੈ ਜਾਨ ਛੁੱਟੀ ਦੂਸਰੀ ਬਾਤ ਇਹ ਵੇ ਜਦੋਂ ਕਿਤੇ ਪੰਚਾਇਤ ਦੀਵਾਰੀ ਆ ਜਾਏ ਕਿਤੇ ਸੁਲਾਹ ਕਰਨ ਦੀ ਵਾਰੀ ਆ ਜਾਵੇ ਕਿਤੇ ਕਸਮ ਉਠਾਉਣ ਦੀ ਵਾਰੀ ਆ ਜਾਏ ਕਿਤੇ ਸੱਚੀ ਗੱਲ ਕਰਨ ਦੀ ਵਾਰੀ ਆ ਜਾਵੇ ਤੁਸੀਂ ਆਖੋਗੇ ਫਲਾਂ ਹਾਜੀ ਸਾਹਿਬ ਨੂੰ ਬੁਲਾ ਕੇ ਲਿਆਓ ਫਲਾਂ ਨਮਾਜ਼ੀ ਸਾਹਿਬ ਨੂੰ ਬੁਲਾ ਕੇ ਲਿਆਓ ਉਹ ਸੱਚ ਗੱਲ ਕਰੇਗਾ ਕਿ ਬੇਨਮਾਜ਼ ਬਣਨ ਵਾਲਾ ਹੈ ਜਿਹੜਾ ਨਮਾਜ਼ ਨਹੀਂ ਪੜ੍ਹਦਾ ਲੋਕ ਉਹਦੇ ਤੇ ਭਰੋਸਾ ਨਹੀਂ ਕਰਦੇ ਜਿਹੜਾ ਨਮਾਜ਼ ਨਹੀਂ ਪੜ੍ਹਦਾ ਲੋਕ ਉਹਦੇ ਤੇ ਯਕੀਨ ਨਹੀਂ ਕਰਦੇ ਇਹ ਜਨਾਬ ਨਾ ਤੀਸਰੀ ਬਦਬਖਤੀ ਹੈ ਬੇਨਮਾਜ਼ ਬੰਦੇ ਦੀ ਤਵੱਜੋ ਕਰਨਾ ਗੌਰ ਕਰਨਾ ਮੈਂ ਜਿਹੜੀ ਬਾਤ ਅਰਜ਼ ਕਰਨਾ ਚਾਹਨਾ ਵਾ ਦੁਨੀਆ ਤੇ ਵੀ ਜ਼ਲੀਲ ਹੋ ਗਿਆ ਔਲਾਦ ਵੀ ਨਾ ਫਰਮਾਨ ਹੋ ਗਈ ਹੈ ਰਿਜ਼ਕ ਅੰਦਰ ਵੀ ਜਨਾਬ ਨਾ ਬਰਕਤਾਂ ਨਾ ਪਈਆਂ ਔਰ ਅੱਲਾਹ ਤਾਲਾ ਨੇ ਲੋਕਾਂ ਦੇ ਦਿਲਾਂ ਦੇ ਅੰਦਰੋਂ ਇਹਦੀ ਇੱਜ਼ਤ ਨਿਕਾਲ ਦਿੱਤੀ ਹੈ ਔਰ ਚੌਥੀ ਬਦਬਖਤੀ ਹੈ ਮੈਂ ਤਵੱਜੋ ਕਰਨਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਸੀਨੇ ਪਾਕ ਦੇ ਅੱਲਾਹ ਰੱਬੁਲ ਆਲਮੀਨ ਨੇ ਕੁਰਾਨ ਮਜੀਦ ਨੂੰ ਨਾਜ਼ਿਲ ਫਰਮਾਇਆ ਅੱਲਾਹ ਫਰਮਾਉਂਦੇ ਨੇ ਕੱਲਾ
اذا بلغت التراقي وقيل من راق وظن انه الفراق والتفت الساق بالساق الى ربك يوم اذن المساق اج تیرے شہر اندر تیرے قصبے دے اندر کوئی بندہ بیمار ہو جاوے اسی اکھنے لے جاو نا ہسپتال اندر ہسپتال اندر لے کے چلے گئے جواب میرے آ لاہور اندر لے کے جاو لاہور اندر جواب میرے آ اسلام آباد اندر لے کے جاو اسلام آباد اندر جواب میرے آ ہن اسی جان جانے آ ایدی زندگی دے آخری لمحات نے پھر اکھنے آ نا ایدی روح کدوں نکلے گی ایدی زندگی تے موت دی قسم کس اندر بندا وے اللہ فرماندے کلا اذا بلغت التراقی وقیل من راق وظن انه الفراق جدو بندے دی روح نکل لگدی اے ایدی نظر آسمان وال ہوندیاں نے بندہ جان جاندے اج میری زندگی دا آخری لمحہ وے اے جے کر کے پنڈلی تے پنڈلی پیا مار دے اپنے جناب نال اپنے پیر پیراں تے پیا مار دے اسی پنجابی اندر آندے آں کھوڑیاں پیا مار دے جدو بندہ پنڈلی تے پنڈلی مار دا وے تانوں کی پتہ اے او تے کی گزردی اے تانوں کی پتہ اے او کتنی مشکل دے تھرو گزر رہیا ہوندا اے ایویں تے نبی پاک نے بار بار نہیں آکھیا یا اللہ موت دے آخری لمحات اندر محمد دی مدد فرما ایویں تے میرے پیغمبر نے نہیں آکھیا نہیں ایسا موت دی آخری ہچکی بڑی تکلیف تے ہچکی اے موت آخری درد بڑا تکلیف دے درد اے جدوں پنڈلی تے پنڈلی مار داوے ایستا ایستا دے پیر رک گئے نے اسی آکھنے ہاں انج لگدا اے جویں دے پیراں دے اندروں جان نکل گئی اے اوے نوجوانو خدا دا واسطہ جے نمازی بن جاؤ اے وقت تہاڈے تے وی آنا اے تے میرے تے وی آنا اے موت تو کوئی بندہ نہیں بچ سکدا نمازی ہوئے گا تے جدوں روح پرواز ہوئے گی انج ہوئے گی جویں مشکیزے دا منہ کھول دتا گیا سارا پانی باہر آ گیا تے جے پھر نماز ہویا تے سوتیا ویکھلا فرمایا جی پنڈلی تے پنڈلی پیارا کردا وے لوگ آتے نے ایدی طرح نہ قدماں دے اندر روح نکل رہی اے ایستا ایستا دے پیر رک گئے اسی اکھنے آ ایدے پیراں دی گٹھیاں نو بند دے وو ایدے پیر سیدھے کر لو ٹیڑے نہ ہوو ایدے پیراں دی گٹھیاں نو بند دتا گیا ہے یا کئی لوگ ایدے پیراں نو پکڑ کے کھڑے ہو گئے نے پھر اپنی مٹھاں کھول دے ایستا ایستا پی مٹھاں نو زور نال بند کر دے پھر ایستا ایستا مٹھاں پیا کھول دے لوگ آتے نے انج لگدا وے جویں دی ہتھاں دے اندر وی جان نکل رہی اے ایدے پادواں تو دوی روح پرواز کر رہی اے ایستا ایستا ایدے ہتھ تھلے نو آ گئے ہن سارے لوگ پریشان ہو گئے نے لوکاں دی اکھاں برس گئیاں نے اج باپ وی رو رہیا ہے تے ماں وی رو رہی ہے اج تیاں وی رو رہیاں نے پتر وی رو رہے نے نوجوانوں توجہ کرنا جدوں ایدے ہتھاں دے وچوں روح نکل گئی ہے پھر اسی سوچن لگ جاندے ہاں چلدیاں چلدیاں ہولک تے آ کے روح اڑ گئی ہے ایدی جان نہیں نکل رہی کئی بندے آتے نے مولانا جلدی کرو کسے دم کرن والے نو بلاو جلدی کرو کسے قرآن پڑھن والے نو بلاو اور نوجوانوں میں جڑی بات عرض کرنا چاہنا وا خدا دا واسطہ دے قرآن کسے دی جان لین نہیں آیا قرآن کسے نو مارن نہیں آیا قرآن کسے دی جان کٹن نہیں آیا قرآن کسے نو دکھی کرن نہیں آیا قرآن کسے نو پریشان کرن نہیں آیا قرآن کسے دی مصیبت بن کے نہیں آیا قرآن کسے دے دکھ بن کے نہیں آیا قرآن آیا تے شفا بن کے آیا قرآن آیا تے رحمت بن کے آیا قرآن آیا تے والدین دی قدر لے کے آیا اج نہ کیا کرو تے سورہ یاسین پڑھو یاسین پڑھو کہ تیری روح نکل جائے گی توجہ کرنا دعا کرنا ہن بڑے بڑے لوگ آئے نے مگر تیری روح نہیں نکل رہی کئی بندے آندے جلدی کرو اے دیاں تیاں نو بلا کے لے آو ہو سکدا ہے نے تیاں دا حق ماریا ہوے اج بیٹیاں اپنے باپ دے کول معافی مانگ لو اج تیاں چاہتے ہیں چلے اپنے باپ دے کول آ گئیاں